10 ਪੁਰਾ ਵਿਖੇ ਇਹ ਜਿੰਡਿਆਲਾ ਗੁਰੂ ਵਿਖੇ ਅੱਜ ਦੂਸਰੇ ਦਿਨ ਜੜਾ ਵਾ ਕਿਸਾਨ ਨੂੰ ਕਿਸਾਨ ਸਪਲਟੀ ਪੰਜਾਬ ਵਾਲੋਂ ਦੂਸਰੇ ਦਾ ਤਜੜਾ ਅੰਦੋਲਨ ਚੱਲ ਰਹੀ ਹੈਗਾ ਮੇਰੇ ਨਾਲ ਇਥੇ ਕਿਸਾਨ ਆ ਗੂਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਔਰ ਇਥੇ ਮਹਿਲਾਵਾਂ ਵੀ ਆ ਗੂਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਕੀ ਨਾ ਤੁਹਾਡੇ ਮੈਂ ਜਰਮਨਜੀਤ ਸਿੰਘ ਬਨਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੁਭਾਸਨੀਮਿਤ ਪ੍ਰਧਾਨ ਬੋਲ ਰਿਹਾ ਹਾਂ ਜੀ ਸੜਾ ਕਿੰਨੇ ਦਿਨ ਚੋਂ ਅੱਜ ਦਾ ਅੰਦੋਲਨ ਸਾਡਾ ਦੂਸਰੇ ਦਿਨ ਵਿੱਚ ਸ਼ਾਮਲ ਹੋ ਚੁੱਕਾ ਜੀ ਤੇ ਕਿਸ ਤਰ੍ਹਾਂ ਦਾ ਲੱਗਾ ਜੀ ਤੁਹਾਨੂੰ ਕੋਈ ਹੰਕਾਰਾ ਮਿਲਿਆ ਸਰਕਾਰ ਵੱਲੋਂ ਸਰਕਾਰ ਵੱਲੋਂ ਕੋਈ ਹੰਕਾਰਾਨ ਨਹੀਂ ਗਿਆ ਪੰਜਾਬ ਭਰ ਦੇ ਵਿੱਚ ਜੋ 18 ਜਥੇਬੰਦੀਆਂ ਤ੍ਰਿਪਾਤ ਨਹੀਂ ਜਥੇ ਬੰਦੀਆਂ ਸੀ ਨਾਲ ਇੱਕ ਬਾਹਰੋਂ ਹਮਾਇਤ ਜਥੇ ਬੰਦੀ ਦੇ ਰਹੀ ਉਹਨਾਂ ਨੇ ਸਾਡੇ ਦੇ ਇਹ ਅੰਗਾਜ ਕੀਤਾ ਸੀਗਾ ਪੰਜਾਬ ਭਰ ਦੇ ਵਿੱਚ ਧਰਨੇ ਸ਼ੁਰੂ ਕੀਤੇ ਸੀ ਕੱਲ ਤੋਂ ਸਰਕਾਰ ਦਾ ਕੋਈ ਰਿਸਪੌਂਸ ਨਹੀਂ ਤੇ ਮੰਗਾ ਸਾਡੀਆਂ ਜਿਹੜੀਆਂ ਪ੍ਰਾਣੀਆਂ ਮੰਗਾ ਕੇਂਦਰ ਦੇ ਨਾਲ ਰਿਲੇਟਡ ਮੰਗਾਵਾ ਪਹਿਲੀ ਮੰਗ ਤਾਂ ਸਾਡੀ ਹੈ ਵੀ ਐਮਐਸਪੀ ਗਰੰਟੀ ਕਾਨੂੰਨ ਬਣਾਵੇ ਭਾਰਤ ਸਰਕਾਰ ਆਪਣੇ ਵਾਅਦੇ ਅਨੁਸਾਰ ਦਿੱਲੀ ਦਾ ਅੰਦੋਲਨ ਜਦੋਂ ਪੋਸਟਪੋਨ ਕੀਤਾ ਸੀਗਾ ਸਰਕਾਰ ਨੇ ਵਾਅਦਾ ਕੀਤਾ ਸੀਗਾ ਇਹਦੇ ਉੱਤੇ ਕਮੇਟੀ ਬਣਾਵਾਂਗੇ ਇਹਨੂੰ ਕਾਨੂੰਨੀ ਸ਼ਕਲ ਦੇਵਾਂਗੇ ਪਰ ਭਾਰਤ ਸਰਕਾਰ ਦੇ ਦਿੱਤੋਂ ਪਛਾਣ ਗਈ ਆ ਮੁੱਕਰ ਗਈ ਆ ਸਾਡੀ ਮੰਗ ਆ ਕਿ ਇਹਨੂੰ ਕਾਨੂੰਨੀ ਜਨਮ ਪਹਨਾਇਆ ਜਾਵੇ ਦੂਜੀ ਸਾਡੀ ਮੰਗ ਆ ਡਾਕਟਰ ਸੁਆਮੀਨਾਥ ਨੇ ਕਈ ਮਹੀਨੇ ਸ਼ਿਫਾਰਸ਼ਾਂ ਨੇ ਸਰਕਾਰ ਦਾ ਬਣਾਇਆ ਕਮਿਸ਼ਨ ਇਹਨੂੰ ਲਾਗੂ ਕੀਤਾ ਜਾਵੇ ਤੇ ਹੜ੍ਹਾਂ ਦੀ ਵਜ੍ਹਾ ਦੇ ਕਾਰਨ ਹਜ਼ਾਰਾਂ ਕਿਸਾਨ ਜਿਹੜੇ ਨੇ ਮਜ਼ਦੂਰ ਨੇ ਬੇਕਾਰ ਹੋਏ ਆ ਜਾਨੀ ਨੁਕਸਾਨ ਹੋਇਆ ਮਾਲੀ ਨੁਕਸਾਨ ਹੋਇਆ ਵਾ ਉਹਦੀ ਪਰਭਾਈ ਵਾਸਤੇ ਕੇਂਦਰ ਸਰਕਾਰ ਉੱਤਰੀ ਭਾਰਤ ਦੇ 6 ਰਾਜਾਂ ਦੇ ਵਾਸਤੇ 50 ਹਜ਼ਾਰ ਕਰੋੜ ਦਾ ਵਿਸ਼ੇਸ਼ ਰਾਤ ਪੈਕੇਜ ਦਾ ਐਲਾਨ ਕਰੇ ਮੰਰੇਗਾ ਦੇ ਤਹਿਤ 200 ਦਿਨ ਦੀ ਕੰਮ ਦੀ ਗਰੰਟੀ ਚਾਹੁੰਦੇ ਆ 100 ਦਿਨ ਦੀ ਗਰੰਟੀ ਐ 46 ਦਿਨ ਦਾ ਕੰਮ ਮਿਲਿਆ ਵਾ ਤੇ ਅਸੀਂ ਚਾਹੁੰਦੇ ਆ ਵੀ 200 ਦਿਨ ਰੋਜ਼ਗਾਰ ਦਿੱਤਾ ਜਾਵੇ ਪੰਜ ਕਿਲੇ ਵਾਲਾ ਕਿਸਾਨ ਦੇ ਵਿੱਚ ਸ਼ਾਮਲ ਕੀਤਾ ਜਾਵੇ ਕਰਜ਼ਾ ਕਿਸਾਨਾਂ ਦੇ ਸਿਰ 'ਆ ਮਜ਼ਦੂਰਾਂ ਦੇ ਸਿਰ 'ਆ ਤੇ ਕਾਰਪੋਰੇਟ ਜਗ ਦੇ ਤਰਜ਼ ਦੇ ਉੱਤੇ ਉਹਨਾਂ ਦਾ 12 ਲੱਖ 40 ਹਜ਼ਾਰ ਕਰੋੜ ਦਾ ਕਰਜ਼ਾ ਨਾ ਮਾਫ ਕੀਤਾ ਵਾ ਲੀਕਾ ਮਾਰੀਆਂ ਤੇ ਕਿਸਾਨੀ ਦਾ ਕਰਜ਼ਾ ਹੈ 8 ਲੱਖ ਕਰੋੜਿਆ ਉਸੇ ਪੈਟਰਨ ਦੇ ਉੱਤੇ ਕਿਸਾਨਾਂ ਮਿੱਤਰਾਂ ਦਾ ਕਰਜ਼ਾ ਵਾ ਖਤਮ ਕੀਤਾ ਜਾਵੇ ਲਖੀਮਪੁਰ ਖੀਰੀ ਦੇ ਦੋਸ਼ੀ ਅਜੇ ਮਸ਼ਰਾ ਟੈਣੀ ਨੂੰ ਫੜ ਕੇ ਜੇਲ੍ਹ ਤੋਂ ਸੁਟਿਆ ਜਾਵੇ ਤੇ ਕਿਸਾਨਾਂ ਦੇ ਕੇਸ ਪਏ ਆਗੇ ਸਰਕਾਰ ਨੇ ਮੰਨਿਆ ਸੀ ਅਸੀਂ ਵਾਪਸ ਲਵਾਂਗੇ ਸੋ ਉਹ ਕੇਸ ਵਾਪਸ ਨਹੀਂ ਲੈ ਸਾਡੀ ਮੰਗ ਹੈ ਕਿ ਕੇਸ ਆ ਵਾਪਸ ਲੈ ਜਾਣ ਸ਼ੁਰੂਆਤ ਜਿਹੜੀ ਆ 3 ਦਿਨ ਤੱਕ ਦੀ ਆ ਜੀ ਤੇ ਅੱਜ ਸਾਡੀ ਆਪਣੇ ਜਿਹੜੇ ਆਗੂ ਸਹਿਬਾਨ ਨੇ 18 ਜਥੇਬੰਦੀਆਂ ਦੇ ਮੀਟਿੰਗ ਵੀ ਹੋ ਰਹੀ ਆ ਤੇ ਪੀਸੀ ਵੀ ਹੋਣੀ ਆ ਤੇ ਉਹਦੇ ਵਿੱਚ ਜੋ ਵੀ ਅਗਲੇ ਕੋਲ ਦਾ ਐਲਾਨ ਕੀਤਾ ਜਾਣਾ ਧੰਨਵਾਦ ਜੀ ਮੇਰੇ ਨਾਲ ਕਿਸਾਨ ਅਗੁਰ ਵੀ ਕਿ ਭਾਜੀ ਦੇਖੋ ਤੁਸੀਂ ਅੰਦੋਲਨ ਕਰ ਰਹੇ ਹੋ ਤਿੰਨ ਦਿਨ ਦਾ ਅੰਦੋਲਨ ਹੈਗਾ ਪਰ ਇਹਦੇ ਵਿੱਚ ਵੇਖੋ ਜੀ ਜਿਸ ਤਰ੍ਹਾਂ ਰੇਲ ਦੇ ਸਭ ਤੋਂ ਜ਼ਿਆਦਾ ਕਿਰਾਇਆ ਤੁਹਾਨੂੰ ਦੱਸੋ ਵੀ ਕਿ ਜਿੰਨੇ ਕਿਰਾਏ ਆ ਉਹ ਸਭ ਤੋਂ ਜ਼ਿਆਦਾ ਘਟ ਕਿਤੇ ਰੇਲ ਦੇ ਆ ਜਾਂ ਬਸਾਂ ਦੇ ਆ ਦੇਖੋ ਜੀ ਰੇਲ ਦੇ ਕਿਰਾਏ ਜਿੰਨਾ ਚਿਰ ਤੇ ਰੇਲ ਪ੍ਰਾਈਵੇਟੇਸ਼ਨ ਵਾਲੇ ਪਾਸੇ ਨੂੰ ਨਹੀਂ ਸੀ ਵਧੀ ਉਦੋਂ ਕਿਰਾਏ ਬੜੇ ਸੀਮਤ ਰਹੇ ਤੇ ਜਦੋਂ ਰੇਲ ਦਾ ਪ੍ਰਾਈਵੇਟੇਸ਼ਨ ਹੋਣਾ ਸ਼ੁਰੂ ਹੋਇਆ ਜਿਵੇਂ ਜਿਵੇਂ ਪ੍ਰਾਈਵੇਟੇਸ਼ਨ ਦੇ ਵਿੱਚ ਸੈਕਟਰ ਦੇ ਵਿੱਚ ਮਲਕ ਰੇਲਵੇ ਦੇ ਵਿੱਚ ਜਿਹੜੇ ਪ੍ਰਾਈਵੇਟ ਜਿਹੜੇ ਪਲੇਅਰ ਆ ਉਹ ਆ ਰਹੇ ਤੇ ਇਹਨਾਂ ਦੇ ਕਿਰਾਏ ਜਿਹੜੇ ਆ ਉਹ ਵੱਧ ਰਹੇ ਆ ਜਿੰਨੀਆਂ ਜਿਵੇਂ ਰੋਡਵੇਜ ਵੀ ਸੀਗੀ ਜੇ ਸਰਕਾਰੀ ادارے ਬੱਸਾਂ ਦੇ ਸੀਗੇ ਮੈਂ ਮੈਂ ਗੱਲ ਸੰ ਕਰ ਰਿਹਾ ਵੇ ਜਿਸ ਤਰ੍ਹਾਂ ਰੇਲ ਦੇ ਕਿਰਾਏ ਘਟਵਾ ਇਹਦੇ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਤਕਰੀਬ ਵਰਗ ਨੂੰ ਆ ਜਿ ਤਰ੍ਹਾਂ ਅੰਦੋਲਨ ਕੋਈ ਹੋਰ ਤਰੀਕਾ ਨਹੀਂ ਹੈਗਾ ਆਪਣਾ ਜਿ ਤਰ੍ਹਾਂ ਅੰਦੋਲਨ ਕਰਦਾ ਹਾਂ ਵਾਹ ਵੇਖੋ ਜੀ ਰੇਲ ਦੇ ਕਿਰਾਏ ਘਟਿਆ ਹੋਰ ਤਰੀਕਾ ਕੀ ਹੋ ਸਕਦਾ ਮਤਲਬ ਲੋਕਾਂ ਕੋਲ ਆਵਾਜ਼ ਆ ਕੀ ਸਰਕਾਰਾਂ ਹੀ ਕਹਿੰਦੀਆਂ ਕਿ ਮੰਤਰੀਆਂ ਦੇ ਘਰ ਘੇਰ ਲੋ ਤੁਹਾਡੇ ਸਾਹਮਣੇ ਅਸੀਂ ਮੰਤਰੀਆਂ ਦੇ ਘਰਾਂ ਚ ਵੀ ਜਾ ਕੇ ਮਤਲਬ ਜਿਹੜੇ ਆ ਧਰਨਾ ਮੁਜ਼ਾਹਰਾ ਕੀਤਾ ਰੋਸ ਪ੍ਰਦਰਸ਼ਨ ਆਪਣਾ ਆਪਣੇ ਪੀਸਫੁਲੀ ਤਰੀਕੇ ਨਾਲ ਕਰਕੇ ਆਏ ਆ ਕੋਈ ਗੱਲ ਸੁਣਨ ਨੂੰ ਤਿਆਰ ਹੈ ਨਹੀਂ ਪਿਛਲੇ ਦਿਨੀ ਅਸੀਂ ਦਸੰਬਰ ਦੇ ਮਹੀਨੇ ਤੋਂ ਲੈ ਕੇ ਜਨਵਰੀ ਤੱਕ ਪੂਰਾ 1 ਮਹੀਨਾ ਡੀਸੀ ਦਸਤਰਾ ਤੇ ਵੀ ਬੈਠੇ ਆ ਕਿੰਨੀਆਂ ਗੱਲ ਸੁਣੀਆਂ ਤੁਸੀਂ ਵੀ ਤੇ ਸਾਡੇ ਕੋਲ ਆਏ ਸੀ ਕਵਰੇਜ ਕੀਤੀ ਸੀ ਤਾਂ ਕੋਈ ਗੱਲ ਨਹੀਂ ਸੁਣਦਾ ਅਸਲ ਜਿੰਨਾਂ ਦੇ ਵਿੱਚ ਚਿਰ ਸਰਕਾਰ ਦੇ ਨੱਕ ਦੇ ਵਿੱਚ ਦਮ ਨਹੀਂ ਆਉਂਦਾ ਉਹ ਨਜ਼ਰ ਤੱਕ ਗੱਲ ਨਹੀਂ ਸੁਣਨ ਵਾਸਤੇ ਇਹਦੇ ਵਿੱਚ ਸਰਕਾਰ ਨੂੰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡੇ ਸਾਹਮਣੇ ਦੇਖੋ ਜੀ ਸਰਕਾਰ ਨੂੰ ਨੁਕਸਾਨ ਜਿਹੜਾ ਹੋ ਰਿਹਾ ਬਹੁਤ ਵੱਡਾ ਹੋ ਰਿਹਾ ਅਸਲ ਦੇ ਵਿੱਚ ਅਸੀਂ ਵੀ ਸਮਝਦੇ ਆ ਕਿ ਇਹ ਜਿਹੜਾ ਸਰਕਾਰ ਦਾ ਨੁਕਸਾਨ ਆ ਇਹ ਦੇਸ਼ ਦੇ ਲੋਕਾਂ ਦਾ ਹੀ ਨੁਕਸਾਨ ਆ ਪਰ ਕਰੀਏ ਕੀ ਸਾਡੇ ਜਿਹੜੇ ਮਸਲੇ ਆ ਉਹ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਰ ਸਰਕਾਰ ਜਿਹੜੀ ਸਰਕਾਰ ਆਉਂਦੀ ਆ ਉਹ ਹੀ ਵਾਅਦਾ ਕਰਦੀ ਆ ਕਿ ਅਸੀਂ ਮਤਲਬ ਕਿ ਜਿਹੜਾ ਆ ਜਿਹੜੀਆਂ ਜਿਵੇਂ ਐਮਐਸਪੀ ਗਰੰਟੀ ਕਾਨੂੰਨ ਆ ਤਾਂ ਕਿੰਨੀਆਂ ਸਰਕਾਰਾਂ ਜਿਹੜੀਆਂ ਬਦਲ ਗਈਆਂ 2006 ਤੋਂ ਲੈ ਕੇ ਹਰ ਸਰਕਾਰ ਵਾਅਦਾ ਕਰਦੀ ਆ ਕਿ ਸਾਡੀ ਸਰਕਾਰ ਬਣਾਓ ਅਸੀਂ ਆਉਂਦੇ ਆ ਜਿਹੜਾ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਪਰ ਉਹਨੂੰ ਗਰਾਊਂਡ ਦੇ ਉੱਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਦੂਸਰੇ ਪਾਸੇ ਸਤਵਾਂ ਪੇ ਕਮਿਸ਼ਨ ਲਾਗੂ ਕਰ ਦਿੱਤਾ ਜਿਹੜਾ ਵਾ ਮਲਾਜ਼ਮਾਂ ਵਾਸਤੇ ਬਿਊਰੋਕਰੇਟਾਂ ਵਾਸਤੇ ਤੇ ਕਿਸਾਨਾਂ ਦਾ ਮਜ਼ਦੂਰਾਂ ਦਾ ਇੱਕੋ ਕਮਿਸ਼ਨ ਵੜਿਆ ਸੀ ਉਹ ਅਜੇ ਤੱਕ ਲਾਗੂ ਨਹੀਂ ਕੀਤਾ ਗਿਆ ਤੋਂ ਇਹ ਦੇਸ਼ ਦੇ ਕਿਸਾਨਾਂ ਨਾਲ ਧਰੋਹ ਕਿਹਾ ਜਾ ਰਿਹਾ ਜਿਹੜੀ ਵੀ ਸਰਕਾਰ ਆਉਂਦੀ ਆ ਕਾਰਪੋਰੇਟ ਦਾ ਏਜੰਡਾ ਲੈ ਕੇ ਚੱਲਦੀ ਆ ਕਾਰਪੋਰੇਟ ਦੀਆਂ ਨੀਤੀਆਂ ਨੂੰ ਦੇਸ਼ ਦੇ ਵਿੱਚ ਜਿਹੜਾ ਲਾਗੂ ਕੀਤਾ ਜਾਂਦਾ ਤੇ ਲੋਕਾਂ ਨੂੰ ਆਪਣੀ ਜਿਹੜੀ ਆ ਆਵਾਜ਼ ਵੀ ਚੁੱਕਣ ਨਹੀਂ ਦਿੱਤੀ ਜਾਂਦੀ ਅੱਜ ਵੱਡੇ ਪੱਦਰ ਤੇ ਮਹਿਲਾਵਾਂ ਇਕੱਠੀਆਂ ਆਈਆਂ ਵਾਂ ਤੇ ਕੀ ਆਪਣਾ ਪ੍ਰਦਰਸ਼ਨ ਦੇ ਨਾਲ ਕੀ ਦਿਖਾਣਾ ਚਾਹੁੰਦੇ ਆਪਾਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨਤਾਰਨ ਜਿਹੜਾ ਮੀਤ ਪ੍ਰਧਾਨ}{|\text{ਦਿਆਲ ਸਿੰਘ ਮੀਆਂ ਵੇਂਡਾ}} ਆ ਜਿਹੜਾ ਵੱਡੇ ਪੱਦਰ ਤੇ ਬੀਬੀਆਂ ਇਕੱਠੀਆਂ ਆਈਆਂ ਸਰਕਾਰ ਨੂੰ ਇਹ ਦਿਖਾਉਣਾ ਚਾਹੁੰਦੇ ਆ ਕਿ ਕਿਸਾਨ ਮਜ਼ਦੂਰ ਤੇ ਲੜਾਈ ਲੜਦੇ ਨੌਜਵਾਨ ਲੜਦਿਆ ਸਾਡੀਆਂ ਬੀਬੀਆਂ ਭੈਣਾ ਵੀ 2024 ਤੁਸੀਂ ਵਿਰੋਧ ਕਰੋਗੇ ਵੋਟਾਂ ਦਾ ਬਿਲਕੁਲ ਕਰਾਂਗੇ ਕਿਉਂ ਕਰਾਂਗੇ ਸਾਡੇ ਬੱਚੇ ਰੋ ਜਿਹੜੇ ਨੌਜਵਾਨ ਮੜੀਆਂ ਨੂੰ ਜਾਣਦਾ ਹੈ ਇਹ ਕਰਕੇ ਵਿਰੋਧ ਕਰਾਂਗੇ ਨਾਲ ਇਹ ਵੀ ਵਿਰੋਧ ਕਰਾਂਗੇ ਜਿਹੜੇ ਹੜਪੀੜਤਵਾ ਸਾਡਾ ਝੋਨਾ ਸਾਰਾ ਬਰਬਾਦ ਹੋ ਗਿਆ ਵਾ ਅਸੀਂ ਮੰਗੇ ਕੀਤੇ ਇੱਕ ਇੱਕਲੇ ਦਾ 50000 ਰੁਪਇਆ ਦਿੱਤਾ ਜਾਵੇ ਸੈਂਟਰ ਸਰਕਾਰ ਜਿਹੜੀ ਆ 50000 ਕਰੋੜ ਰੁਪਇਆ 50 ਗਵਰਨਮੈਂਟ ਨੂੰ ਦਵੇ ਤੇ ਗਾਂ ਜਿਹੜਾ ਸਾਨੂੰ ਉਹਦਾ ਮਾਲਜਾ ਤਦਾ ਦਿੱਤਾ ਜਾਵੇ ਤੇ ਸੈਂਟਰ ਸਰਕਾਰ ਜਿਹੜੀ ਉਤੋਂ ਭੱਜ ਗਈ ਆ ਮੁਕਰ ਗਈ ਆ ਜਿਹੜਾ ਸੈਂਟਰ ਸਰਕਾਰ ਨੇ 6800 ਰੁਪਇਆ ਦਿੱਤਾ ਵਾ ਭਗਵਾਨਤਮਾਨ ਨੇ 12000 ਦੇਣਾ ਹਿਆ ਉਤੋਂ ਹੀ ਮੁਕਰਿਆ ਤਾਂ ਅੱਜ ਜਿਹੜੀਆਂ ਵਾ ਰੇਲਾ ਰੋਕੇ ਬੈਠਿਆ ਇਹ ਨਹੀਂ ਵੀ ਇੱਕ ਵੇ ਜਾਂ ਦੋ ਦਿਨ ਜਾਂ ਤਿੰਨ ਦਿਨਾਂ ਵਾ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆ ਇਹੋ ਜਿਹੜਾ ਦੋਲਨ ਵਾ ਆਪਣੇ ਹਰਿਆਣੇ ਵਿੱਚ ਚੱਲੂ ਆਪਣੇ ਜੂਪੀ ਰਾਜਸਥਾਨ ਦੀ ਚੱਲੂ ਮਾਚੇ ਵਿੱਚ ਚੱਲੂਗਾ ਜੇ ਕਦੇ ਸਰਕਾਰ ਨਾ ਨਾ ਮੰਨੀ ਚੀਕਾ ਮਰਾਦਾਂਗੇ ਦਿੱਲੀ ਨੂੰ ਹੀ ਤੁਰ ਸਕਦਾ ਜੀ ਅਗਲੀ ਰਣਨੀਤੀ ਕੀ ਹੈ ਅਗਲੀ ਰਣਨੀਤੀ ਬਹੁਤ ਵੱਡੀ ਕਰਾਂਗੇ ਸੂਬਾ ਕਮੇਟੀ ਦੀ ਮੀਟਿੰਗ ਲਾ ਕੇ ਇਸ ਤੋਂ ਵੱਡਾ ਐਕਸ਼ਨ ਵੀ ਕਰਾਂਗੇ ਇਹ ਸਨ ਕਿਸਾਨਾਂ ਕੋ ਜਿਨ੍ਹਾਂ ਦਾ ਅਸੀਂ ਗੱਲ ਕਰ ਮੇਰੇ ਬੀਬੀਆਂ ਵੀ ਗੱਲਬਾਤ ਕਰ ਰਹੇ ਆ ਪੰਜ ਕਿਸ ਤਰ੍ਹਾਂ ਦਾ ਅੱਜ ਤੁਸੀਂ ਵੱਡੇ ਅੰਦੋਲਨ ਵਿੱਚ ਬਹੁਤ ਪਹਿਲਾਵਾ ਇਕੱਠੀਆਂ ਹੋਈਆਂ ਕੀ ਕਹਿਣਾ ਚਾਹੋਗੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਮੋਦੀ ਸਰਕਾਰ ਨੇ ਰੇਲਾ ਰੋਕਣ ਵਾਸਤੇ ਮਜਬੂਰ ਕੀਤਾ ਵਾ ਜੇ ਰੇਲਾ ਹੀ ਰੋਕੀਆਂ ਵਾ ਤੇ ਇਹਦਾ ਜ਼ਿੰਮੇਵਾਰ ਮੋਦੀ ਸਰਕਾਰ ਕੇ ਅੰਦਰ ਸਰਕਾਰ ਹੋਏਗੀ ਕਿਉਂਕਿ ਇੱਕ ਮਹੀਨੇ ਤੋਂ ਇਹ ਦੱਸ ਰਹੇ ਆ ਆ ਸਾਡੇ ਮੁੱਦੇ ਆ ਸਾਡੀਆਂ ਮੰਗਾ ਵਾ ਤੇ ਹੱਲ ਕੀਤੇ ਜਾਣ ਆਇਆ ਤਾਂ ਕਿ ਇਹਨਾਂ ਨੇ ਇਹਨਾਂ ਤਾਂ ਕਿ ਗੱਲ ਨਹੀਂ ਪਹੁੰਚੀ ਇਹਨਾਂ ਦੇ ਕੰਨਾਂ ਤੇ ਜੂ ਨਹੀਂ ਸਰਕੀ ਤੇ ਅੱਜ ਸਾਨੂੰ ਇਹ ਰੇਲਾ ਤੇ ਵੇਖ ਲੋ ਕਿਵੇਂ ਧੁੱਪ ਵਿੱਚ ਇੰਨੀ ਗਰਮੀ ਵਿੱਚ ਬੈਠਣਾ ਪਿਆ ਵਾ ਕਿਉਂਕਿ ਜਿਹੜਾ ਪੰਜਾਬ ਇਹ ਦੇਸ਼ ਆ ਇਹਨਾਂ ਸਰਕਾਰਾਂ ਨੇ ਹਾਲਾਤ ਇੰਨੇ ਮਾੜੇ ਕਰ ਦਿੱਤੇ ਆ ਵੀ ਘਰ ਵਿੱਚ ਉਹਨਾਂ ਰਹਿਣਾ ਜਿਹੜਾ ਔਖਾ ਹੋ ਗਿਆ ਜਨਤਾ ਦਾ ਇਸ ਕਰਕੇ ਆਹ ਆ ਜਾ ਰੇਲਾਂ ਤੇ ਸੜਕਾਂ ਤੇ ਬੈਠੇ ਆ ਤੇ ਮਜਬੂਰ ਕੀਤਾ ਉਹਨੂੰ ਬੈਠਣ ਵਾਸਤੇ ਅਸੀਂ ਵੇਲੇ ਨਹੀਂ ਆ ਸਾਡੇ ਘਰ ਵਿੱਚ ਬਹੁਤ ਕੰਮ ਆ ਅਸੀਂ ਆਪਣੇ ਕੰਮ ਨੂੰ ਛੱਡ ਕੇ ਤੇ ਇੱਥੇ ਬੈਠਣ ਦਾ ਤਾਂ ਇਹ ਦਿੱਤਾ ਪਹਿਲ ਦਿੱਤੀ ਆ ਕਿਉਂਕਿ ਸਾਡੇ ਘਰ ਬਰਬਾਦ ਹੋ ਰਹਾ ਆ ਇੱਕ ਬੱਚਿਆਂ ਬੱਚੇ ਜਿਹੜੇ ਆ ਨਸ਼ੇ ਨਸ਼ੇ ਤੋਂ ਪੀਰ ਤੇ ਨਸ਼ਿਆਂ ਦੇ ਲਾਇਆ ੜੇ ਬੱਚੇ ਬੇਰੁਜ਼ਗਾਰ ਕੀਤੇ ਪਰਦੇਸਾਂ ਨੂੰ ਭੇਜੇ ਆ ਸਾਡੇ ਘਰਾਂ ਦੇ ਘਰ ਵੇਲੇ ਹੋ ਗਏ ਪੰਜਾਬ ਦੇ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਗਏ ਨਾ ਸਰਕਾਰਾਂ ਤੋਂ ਅਸੀਂ ਹੱਕ ਕੇ ਹੁਣ ਘਰਾਂ ਤੋਂ ਬਾਹਰ ਸੜਕਾਂ 'ਤੇ ਬੈਠੇ ਆ ਜੇ ਕੋਈ ਆਖੇ ਵੀ ਇਹਨਾਂ ਨੂੰ ਵਿਹਲੇ ਆਂ ਹੀ ਵਿਹਲੇ ਨਹੀਂਗੇ ਇਹਨਾਂ ਨੂੰ ਸਰਕਾਰਾਂ ਨੇ ਸਾਨੂੰ ਮਜਬੂਰ ਕੀਤਾ ਵਾ ਸੜਕਾਂ 'ਤੇ ਬੈਠਣ ਵਾਸਤੇ ਇਹ ਘਾੜੇ ਹੜ ਜੜੇ ਆਇਆ ਹੜ ਇਹਨਾਂ ਦੇ ਪ੍ਰਬੰਧ ਮਾੜੇ ਸੀ ਇਹਨਾਂ ਸਰਕਾਰਾਂ ਦੇ ਮਾੜੇ ਪ੍ਰਬੰਧਾ ਕਰਕੇ ਪੰਜਾਬ ਨੂੰ ਰੋੜਿਆ ਗਿਆ ਜੇ ਰੋੜਿਆ ਗਿਆ ਵਾ ਤੇ ਇਹਨਾਂ ਨੇ ਉਹਨਾਂ ਨੂੰ ਮਵਾਜਾ ਦੇਣਾ ਹੀ ਇਹਨਾਂ ਨੂੰ ਆਪ ਉਹਦਾ ਉਹਨਾਂ ਦੀ ਸਹਾਇਤਾ ਕਰਨੀ ਇਹਨਾਂ ਨੇ ਅਜੇ ਤੱਕ ਕੋਈ ਉਹਨਾਂ ਦੀ ਸਹਾਇਤਾ ਨਹੀਂ ਕੀਤੀ ਹੜ ਪੀੜਤਾਾਂ ਦੀ ਇਸ ਕਰਕੇ ਅਸੀਂ ਜਿਹੜੇ ਆਪਣੇ ਹੱਕਾਂ ਵਾਸਤੇ ਇਹ ਜਿਹੜੇ ਰੇਲਾ ਹਨ ਜਿੰਨਾ ਤੇ ਜੋ ਵੀ ਸਾਨੂੰ ਕਰਨਾ ਪਊਗਾ ਅਸੀਂ ਉਹ ਕਰਾਂਗੇ ਸਾਨੂੰ ਜੇ ਆਪਣੀ ਜਾਨ ਵੀ ਦੇਣੀ ਪਈ ਤਾਂ ਅਸੀਂ ਦੇਵਾਂਗੇ ਕਿਉਂਕਿ ਅਸੀਂ ਹੁਣ ਸਾਡੇ ਪੰਜਾਬ ਦੇ ਸਾਡੇ ਦੇਸ਼ ਦੇ ਹਾਲਾਤ ਬਹੁਤ ਹੀ ਇਹਨਾਂ ਸਰਕਾਰਾਂ ਨੇ ਮਾੜੇ ਕਰ ਦਿੱਤੇ ਆ ਤੇ ਅਸੀਂ ਇਹ ਜਿਹੜੇ ਹੁਣ ਆਪਣੇ ਘਰਾਂ ਵਿੱਚ ਨਹੀਂ ਰਹਿ ਸਕਦੇ ਸਾਡੇ ਬਹੁਤੇ ਘਰਾਂ ਨੂੰ ਤੇ ਇਹਨਾਂ ਜਿੰਦਰੇ ਲਾ ਦਿੱਤੇ ਆ ਸਾਡੇ ਕੁਝ ਬੱਚੇ ਜਿਹੜੇ ਨਸ਼ੇ ਦੀ ਨਸ਼ੇ ਦੀ ਖਾਦਰ ਜਿਹੜੇ ਆ ਘਰ ਵਿਲੇ ਹੋ ਗਿਆ ਕੋ ਜਿਹੜੇ ਵਿਦੇਸ਼ਾਂ ਕਰਕੇ ਬੱਚੇ ਜਿਹੜੇ ਆ ਉਹ ਘਰ ਵਿਲੇ ਹੋ ਗਿਆ ਇਸ ਕਰਕੇ ਅਸੀਂ ਜਿਹੜੇ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਬਚਾਉਣਾ ਵਾ ਤੁਹਾਨੂੰ ਅਸੀਂ ਘਰ ਨਹੀਂ ਹੁਣ ਬੈਠਾਂਗੇ ਆਪਣੇ ਚੈਨ ਨਾਲ ਇਸ ਕਰਕੇ ਮੋਦੀ ਸਰਕਾਰ ਨੂੰ ਇਹ ਆਦੀ ਹੈਗੀ ਆ ਵੀ ਹੁਣ ਪੂਰਾ ਹੱਕ ਦਿੱਤੇ ਜਾਣ ਨਹੀਂ ਤੇ ਅਸੀਂ ਇਸੇ ਤਰ੍ਹਾਂ ਧਰਨੇ ਲਾ ਕੇ ਰੱਖਾਂਗੇ ਬਾਈ ਬਿਲਕੁਲ ਬਿਲਕੁਲ ਕਿਸਾਨ ਆਗੂ ਨੇ ਬਿਲਕੁਲ ਸਹੀ ਕਿਹਾ ਮੈਂ ਲਾਵਾਂ ਬਿਲਕੁਲ ਸਹੀ ਕਿਹਾ ਵਾ ਪਿੰਸ਼ਾ ਵਾਕਈ ਪੰਜਾਬ ਦੇ ਚ ਇਨਾ ਵੱਧ ਚੁੱਕਾ ਵਾ ਕਿ ਘਰ ਘਰ ਜਿਹੜੇ ਆ ਪਿੰਡ ਹਰ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜੇ ਨੌਜਵਾਨ ਜਿਹੜੇ ਮਰ ਰਹੇ ਆ ਔਰ ਜਿਹੜਾ ਇਹਨਾਂ ਦਾ ਅੰਦੋਲਨ ਆ ਜੇ ਦੂਸਰੇ ਡੇ ਪੱਤਰਤਾਜ ਮਹਿਲਾਵਾਂ ਨੇ ਜਿਹੜਾ ਵਾ ਰੂਪ ਰਚਨ ਕੀਤਾ ਔਰ ਇਹਨਾਂ ਨੇ ਆਪਣੇ ਬੜੇ ਹੀ ਬਸ ਰੋਂਦੇ ਅਲਫਾਜਾਂ ਵਿੱਚ ਗਿਆ ਵਾਪਸ ਜਿਹੜਾ ਪੰਜਾਬ ਵਿੱਚ ਨਸ਼ਾ ਵਧ ਰਿਹਾ ਔਰ ਕੇਂਦਰ ਜਿਹੜੀ ਮੋਦੀ ਸਰਕਾਰ ਵੱਲੋਂ ਜਿਹੜੇ ਆ ਇਹਨਾਂ ਦੇ ਜਿਹੜੇ ਕਾਨੂੰਨ ਜਿਹੜੇ ਆ ਬਣਾਏ ਗਏ ਉਹ ਤਾਂ ਉਹ ਵੀ ਜਿਹੜੇ ਕਿਤੇ ਐਮਐਸਪੀ ਜਿਹੜੀ ਗਾਰੰਟੀ ਦਿੱਤੀ ਜਾਵੇ ਜਿਹੜਾ ਮੁਆਜਾ ਦਿੱਤਾ ਜਾਵੇ ਹੜ ਪੀੜਤਾਂ ਨੂੰ ਮੁਆਜਾ ਅਜੇ ਤੱਕ ਕਿਸੇ ਵੀ ਕਿਸਾਨ ਨੂੰ ਨਹੀਂ ਮਿਲਿਆ ਇਹਨਾਂ ਜਿਹੜਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਹੇਗਾ ਜੰਡਿਆਲਾ ਗੁਰਤੋਸ਼ਨੀ ਸ਼ਰਮਾ ਦੀ ਰਿਪੋਰਟ ਨਿਊਜ਼ ਚੈਨਲ ਪੰਜਾਬ